ਇਹ ਮੇਰੇ ਪਿੰਡ ਦੇ ਮਸ਼ਹੂਰ ਸ਼ਾਇਰ ਜਨਾਬ ਬਲਕਿ ਪੰਜਾਬ ਦੇ ਮਸ਼ਹੂਰ ਸ਼ਾਇਰ ਤੁਫੈਲ ਖਲਿਜ ਸਾਹਿਬ ਜਿਹੜੇ 15 ਫਰਵਰੀ ਨੂੰ ਫੌਤ ਹੋ ਗਏ ਔਰ ਉਹ ਡਾਂਕੇ ਦੇ ਵਿੱਚ ਉਹਨਾਂ ਦਾ ਮਦਫਨ ਬਣਿਆ ਹੈ। ਜਰਮਨੀ ਮੁਕੀਮ ਸਨ, 4 ਕਿਤਾਬਾਂ ਦੇ ਮੁਸੰਨਫ ਸਨ। ਉਹਨਾਂ ਨੇ 2 ਨਜ਼ਮਾਂ ਦੀਆਂ ਕਿਤਾਬਾਂ ਅਤੇ 2 ਗਜ਼ਲ ਦੀਆਂ ਕਿਤਾਬਾਂ। ਪਹਿਲੀ ਕਿਤਾਬ ਉਹਨਾਂ ਦੀ ਚੁੱਪ ਦਾ ਮੌਸਮ, ਦੂਸਰੀ ਮਿੱਟੀ ਦੀ ਖੁਸ਼ਬੋ ਅਤੇ ਤੀਸਰੀ ਉਹਨਾਂ ਦੀ ਸੀ ਚੇਤੇ ਦੀ ਦੀਵਾਰ ਅਤੇ ਚੌਥੀ ਕਿਤਾਬ ਸੀ ਉਹਨਾਂ ਦੀ ਗੂੰਗੀ ਪੁਕਾਰ। ਉਹਨਾਂ ਦੇ ਉੱਤੇ 2 MA ਦੇ ਥੀਸਿਸ ਹੋਏ ਔਰ ਮੁਲਤਾਨ ਬੋਰਡ ਦੇ ਵਿੱਚ ਉਹ ਸ਼ਾਮਿਲ ਨਿਸਾਬ ਨੇ। ਅਤੇ ਉਹਨਾਂ ਦਾ ਇੱਕ ਸ਼ੇਰ ਹੈਗਾ ਕਿ ਸਾਂ ਨਿੱਕੇ ਨਿੱਕੇ ਹੁੰਦੇ ਅਸਾਂ ਪਿੰਡ ਦੇ ਕੁੜੀਆਂ ਮੁੰਡੇ, ਸਾਂ ਨਿੱਕੇ ਨਿੱਕੇ ਹੁੰਦੇ ਅਸਾਂ ਪਿੰਡ ਦੇ ਕੁੜੀਆਂ ਮੁੰਡੇ, ਫਿਰ ਮਾਈ ਉਮਰਾਂ ਨੇ ਕਹਿਣਾ ਮੁੰਡੇ ਖੇਡਣ ਖਿੱਦੋ ਖੁੰਡੀ, ਕੁੜੀਆਂ ਖੇਡਣ ਟਹਿਣਾ, ਸਭ ਲੰਮੇ ਲੈਣ ਹੁਲਾਰੇ ਮਾਈ ਉਮਰਾਂ ਦੇ ਪਛਵਾੜੇ, ਅਸਾਂ ਨਿੰਮ ਅਤੇ ਪੀਂਘ ਚ ਪਾਉਣੀ ਫਿਰ ਬਹਿ ਕੇ ਜੁਗਨੀ ਗਾਉਣੀ, ਜਦ ਰੁੱਤ ਸਾਵਣ ਦੀ ਆਉਣੀ ਅਤੇ ਜਦ ਰੁੱਤ ਸਾ ਅਸੀਂ ਪਾਣੀ ਦੇ ਵਿੱਚ ਕੁੱਦਣਾ ਫਿਰ ਤਿਲਕ ਤਿਲਕ ਡਿੱਗਣਾ, ਜਦ ਰੋਂਦਿਆਂ ਨੇ ਘਰ ਆਉਣਾ ਭੈਣਾਂ ਨੇ ਪਰਚਾਉਣਾ ਅੰਮਾ ਨੇ ਸੀਨੇ ਲਾਉਣਾ, ਅੱਜ ਗੁਜ਼ਰੇ ਸਾਲ ਮਹੀਨੇ ਹੁਣ ਕੋਈ ਨਹੀਂ ਲਾਉਂਦਾ ਸੀਨੇ, ਅੱਜ ਗੁਜ਼ਰੇ ਸਾਲ ਮਹੀਨੇ ਹੁਣ ਕੋਈ ਨਹੀਂ ਲਾਉਂਦਾ ਸੀਨੇ, ਉਹ ਕਿੱਧਰ ਗਏ ਦਿਹਾੜੇ ਕੋਈ ਦੇਵੇ ਪਰਤ ਉਧਾਰੇ, ਮੈਂ ਦਿਆਂ ਜਵਾਨੀ ਉਹਨੂੰ ਜਿਹੜਾ ਬਚਪਨ ਮੋੜੇ ਮੈਨੂੰ। ਉਹਨਾਂ ਦੀ ਸ਼ਾਇਰੀ ਦਾ ਸਭ ਤੋਂ ਜਿਹੜਾ ਇੱਕ ਵੱਡਾ ਮੋਡਲ ਸੀ ਉਹ ਸੀ ਪੰਜਾਬ ਉਹਨਾਂ ਦਾ। ਤੇ ਉਹ ਲਿਖਦੇ ਨੇ ਕਿ ਮੇਰੇ ਦੇਸ਼ ਦੇ ਮਾਲਕਾ ਕੋਈ ਉਤਰੇ ਨਾ ਅਜ਼ਾਬ, ਮੇਰੇ ਦੇਸ਼ ਦੇ ਮਾਲਕਾ ਕੋਈ ਉਤਰੇ ਨਾ ਅਜ਼ਾਬ, ਤੇਰਾ ਵੱਸੇ ਕਾਬਾ ਸੋਹਣਿਆ ਮੇਰਾ ਵੱਸਦਾ ਰਹੇ ਪੰਜਾਬ। ਤੇ ਉਹ ਕਹਿੰਦੇ ਨੇ ਕਿ ਅਸੀਂ ਵਾਸੀ ਦੇਸ਼ ਪੰਜਾਬ ਦੇ ਕੀ ਪੁੱਛਦੇ ਹੋ ਸਾਡਾ ਨਾਂ, ਅਸੀਂ ਵਾਸੀ ਦੇਸ਼ ਪੰਜਾਬ ਦੇ ਕੀ ਪੁੱਛਦੇ ਹੋ ਸਾਡਾ ਨਾਂ, ਸਾਨੂੰ ਜੰਮਿਆਂ ਪੰਜਾਂ ਪਾਣੀਆਂ ਇਹ ਧਰਤੀ ਸਾਡੀ ਮਾਂ। ਤੇ ਉਹ ਫਿਰ ਕਹਿੰਦੇ ਨੇ ਉਹਨਾਂ ਦਾ ਸ਼ੇਰ ਹੈ ਕਿ ਬੇਹੁਨਰ ਤੇ ਬੇਫਿਕਰ ਲੱਖ ਵਾਰ ਦੀਵੇ ਬਾਲ ਦੇ, ਬੇਹੁਨਰ ਤੇ ਬੇਫਿਕਰ ਲੱਖ ਵਾਰ ਦੀਵੇ ਬਾਲ ਦੇ, ਲੋ ਤੇ ਤਦ ਹੁੰਦੀ ਏ ਜਦ ਫਨਕਾਰ ਦੀਵੇ ਬਾਲ ਦੇ। ਔਰ ਉਹਨਾਂ ਦਾ ਆਖਰੀ ਸ਼ੇਰ ਜਿਹੜਾ ਉਹਨੇ ਕਿਹਾ ਕਿਸੇ ਹੋਰ ਰੰਗ 'ਚ ਸੀ, ਲੇਕਿਨ ਉਹ ਪੱਕਾ ਹੋਇਆ ਕਿ ਆਪਣੇ ਪਿੰਡ ਫੌਤ ਹੋਏ ਨੇ ਜਰਮਨ ਤੋਂ ਜਨਾਜ਼ਾ ਉਹਨਾਂ ਦੇ ਪਿੰਡ ਹੋਇਆ ਸਾਡੇ ਡਾਮਕੇ, ਕਿ ਐਵੇਂ ਖਲਸ਼ ਉਡੀਕਣ ਮੈਨੂੰ ਪਿੰਡ ਦੇ ਲੋਕ, ਐਵੇਂ ਖਲਸ਼ ਉਡੀਕਣ ਮੈਨੂੰ ਪਿੰਡ ਦੇ ਲੋਕ, ਸ਼ਹਿਰੋਂ ਵਾਪਸ ਜਾਣਾ ਮੇਰੇ ਵੱਸ ਵਿੱਚ ਨਹੀਂ। ਲਓ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ।